दस हज़ार बच्चे ने साडे ने नौकरी करनी सी, उन्हें किन्नी तरक्की हासिल करनी सी। हुण कहिंदे कि परे हो जा जट आउंदे आ, ते जे इहनूं इह दूसरे तास पासे देखिया जावे हुण की कहांगे कि परे हो जा चमार आउंदे आ, कि चमारां दे सर्टिफिकेट लैके जां असी सर्टिफिकेट ला के अज उहने नौकरी हासिल कीती, कि हुण उह कहेगा कि परे हो जा चमार आउंदे आ। क्योंकि रीमिक्स कर सकदे आ जी, रीमिक्स कर सकदे आ कि परे हो जा जट आउंदे, उह नहीं हुण करनी गल कि परे हो जा चमार आउंदे आ। क्योंकि जे चमारां दा हक लै के देखो, जे चमारां दा हक लै के चमार बन के उहने नौकरी प्राप्त कीती आ, ते उहनां दा जो उहनां तों लै के जिन्ने भी उहनां ने हुण तक पैसे लए आ, चाहे नौकरी कर कीती आ चाहे बाद विच पेंशन लई आ, उहनां ते बनदी कानूनी कारवाई करके उन्हां तों जिन्ना भी पैसा जिहड़ा लिया आ उह ऐसी समाज नूं देना चाहीदा, ना कि सरकारां नूं देना चाहीदा। इह तां इक कह लो कि इक आपां कह लईए कि इक शुरुआत आ, शुरुआत आ। ते इह ना होवे कि सरकार जे अहीं बनाउण जाणदे आ ते लाउण भी जाणदे आ, जे मुख्यमंत्री बना सकते हैं तो मुख्यमंत्री सीट तो ला भी सकते हैं, तो इतने तक समा ना आए कि तुहाडे घरां दा घराओ किया जाए, एम एल ए दे एम पी दे घरों का घराओ किया जाए, बहुत बारी पहला भी कर चुके हैं। इस करके बेनती करते हैं कि साडियां मंगां पूरियां कीतियां जाण, और जिहड़े भी एस सी सर्टिफिकेट जाली बना के नौकरियां कीतियां जिन्हां ने, उन्हां नूं सज़ा सख्त तो सख्त सज़ा दित्ती जाए। हाँ जी, सब तो पहला स्वागत है जी तुहाडा न्यूज़ 20 टीवी चैनल ते। सो साडे नाल बाबा अमरजीत कुमार अवदासिया जी, सो साडे नाल जुड़े ने। सो सब तो पहला तो तुहाडा बाबा जी स्वागत है न्यूज़ 22 टीवी चैनल ते। जय गुरदेव, धन गुरदेव, जो बोले सो नरपै, सतगुरु रविदास महाराज की जय। सब तो पहला तो न्यूज़ 22 टीवी चैनल और साडे सत्कारयोग श्री दिलबाग सलन जी का तह दिलों धन्यवाद करते हैं, और जिन्नियां भी संगतां इस चैनल दे नाल जुड़ियां हन उन्हां दा धन्नवाद करदे हां, क्योंकि साडियां जो खबरां साडे वीर संगतां तक पहुँचाउंदे हन। ते दास वल्लों इही बेनती है, कास्ट तों आया जां किस पोजिशन लै के किहड़ा सर्टिफिकेट लै के इहने नौकरी हासिल कीती आ, ते हुण जिहड़ा चंडीगढ़ पक्का मोर्चा एस सी दा लाया आ, उन्हां वीरां वल्लों इह उजागर कीता गया कि आह आह बंदिआं ने ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਕ ਦੋ ਦਿਨ ਵਿੱਚ ਇੱਕ ਦੋ ਹਜ਼ਾਰ ਕੁਛ ਨਾਮ ਆ ਰਿਹਾ, ਦਸ ਹਜ਼ਾਰ ਬੱਚੇ ਨੇ ਸਾਡੇ ਨੇ ਨੌਕਰੀ ਕਰਨੀ ਸੀ, ਉਹਨੇ ਕਿੰਨੀ ਤਰੱਕੀ ਹਾਸਿਲ ਕਰਨੀ ਸੀ। ਹੁਣ ਕਹਿੰਦੇ ਕਿ ਪਰੇ ਹੋ ਜਾ ਜੱਟ ਆਉਂਦੇ ਆ, ਤੇ ਜੇ ਇਹਨੂੰ ਇਹ ਦੂਸਰੇ ਤਸ ਪਾਸੇ ਦੇਖਿਆ ਜਾਵੇ ਹੁਣ ਕੀ ਕਹਾਂਗੇ ਕਿ ਪਰੇ ਹੋ ਜਾ ਚਮਾਰ ਆਉਂਦੇ ਆ, ਕਿ ਚਮਾਰਾਂ ਦੇ ਸਰਟੀਫਿਕੇਟ ਲੈ ਕੇ ਜਾਂ ਅਸੀਂ ਸਰਟੀਫਿਕੇਟ ਲਾ ਕੇ ਅੱਜ ਉਹਨੇ ਨੌਕਰੀ ਹਾਸਿਲ ਕੀਤੀ, ਕਿ ਹੁਣ ਉਹ ਕਹੇਗਾ ਕਿ ਪਰੇ ਹੋ ਜਾ ਚਮਾਰ ਆਉਂਦੇ ਆ। ਕਿਉਂਕਿ ਤੁਸੀਂ ਰੀਮਿਕਸ ਕਰ ਸਕਦੇ ਆ ਜੀ, ਰੀਮਿਕਸ ਕਰ ਸਕਦੇ ਆ ਕਿ ਪਰੇ ਹੋ ਜਾ ਜੱਟ ਆਉਂਦੇ, ਉਹ ਨਹੀਂ ਹੁਣ ਕਰਨੀ ਗੱਲ ਕਿ ਪਰੇ ਹੋ ਜਾ ਚਮਾਰ ਆਉਂਦੇ ਆ। ਕਿਉਂਕਿ ਜੇ ਚਮਾਰਾਂ ਦਾ ਹੱਕ ਲੈ ਕੇ ਦੇਖੋ, ਜੇ ਚਮਾਰਾਂ ਦਾ ਹੱਕ ਲੈ ਕੇ ਚਮਾਰ ਬਣ ਕੇ ਉਹਨੇ ਨੌਕਰੀ ਪ੍ਰਾਪਤ ਕੀਤੀ ਆ, ਤੇ ਉਹਨਾਂ ਦਾ ਜੋ ਉਹਨਾਂ ਤੋਂ ਲੈ ਕੇ ਜਿੰਨੇ ਵੀ ਉਹਨਾਂ ਨੇ ਹੁਣ ਤੱਕ ਪੈਸੇ ਲਏ ਆ, ਚਾਹੇ ਨੌਕਰੀ ਕਰ ਕੀਤੀ ਆ ਚਾਹੇ ਬਾਅਦ ਵਿੱਚ ਪੈਨਸ਼ਨ ਲਈ ਆ, ਉਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਤੋਂ ਜਿੰਨਾ ਵੀ ਪੈਸਾ ਜਿਹੜਾ ਲਿਆ ਆ ਉਹ ਐਸੀ ਸਮਾਜ ਨੂੰ ਦੇਣਾ ਚਾਹੀਦਾ, ਨਾ ਕਿ ਸਰਕਾਰਾਂ ਨੂੰ ਦੇਣਾ ਚਾਹੀਦਾ। ਐਸੀ ਸਮਾਜ ਦੇ ਬੱਚੇ ਜਿਹੜੇ ਕਾਲਜਾਂ 'ਚ ਪੜ੍ਹਦੇ ਆ, ਉਹਨਾਂ ਕਾਲਜਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਕਿਤਾਬਾਂ ਜਾਂ ਜੋ ਵੀ ਉਹਨਾਂ ਦੀ ਲੋੜ ਅਨੁਸਾਰ ਚੀਜ਼ਾਂ ਮੁਹੱਈਆ ਕਰਾਉਣੀਆਂ ਚਾਹੁੰਦੀਆਂ ਚਾਹੀਦੀਆਂ, ਤਾਂ ਜੋ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ। ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਫਿਰ ਉਹੀ ਧਰਨੇ ਲਾਉਣੇ ਜੋਗੇ ਰਹਿ ਜਾਈਏ, ਅਤੇ ਜੇ ਸਰਕਾਰਾਂ ਨਹੀਂ ਇਸ ਚੀਜ਼ ਨੂੰ ਕਵਰ ਕਰਦੀਆਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਬਹੁਤ ਵੱਡਾ ਸਾਡੇ ਸਮਾਜ ਨੂੰ ਘਾਟਾ ਪੈ ਸਕਦਾ। ਅਤੇ ਜੇ ਘਾਟਾ ਇਹਦਾ ਪੂਰਾ ਕਰਨਾ ਆ ਤਾਂ ਸਰਕਾਰ ਨੂੰ ਚਾਹੀਦਾ ਛੇਤੀ ਤੋਂ ਛੇਤੀ ਇਹਨਾਂ 'ਤੇ ਕਾਰਵਾਈਆਂ ਕਰਕੇ ਜਿੰਨੇ ਵੀ ਬਣੇ ਹੋਏ ਐਸੀ ਸਰਟੀਫਿਕੇਟ ਜਿਹੜੇ ਜੱਟਾਂ ਦੇ ਆ ਚਾਹੇ ਜਨਰਲ ਕਾਸਟਾਂ ਦਾ, ਉਹਨਾਂ ਦਾ ਮਤਲਬ ਕਿ ਉਹਨਾਂ ਦੀਆਂ ਜਾਂਚ ਕੀਤੀ ਜਾਵੇ, ਅਤੇ ਜਾਂਚ ਕਰਨ ਤੋਂ ਬਾਅਦ ਜੇ ਕਿਹੜਾ ਜਿਹੜਾ ਵੀ ਇਸ 'ਤੇ ਕੋਈ ਗੁਨਾਹਗਾਰ ਆ ਉਹ 'ਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਸਜ਼ਾ ਦੇਣ ਤੋਂ ਬਾਅਦ ਜਿਹੜਾ ਉਹਨਾਂ 'ਤੇ ਜੁਰਮਾਨਾ ਲੱਗਦਾ ਉਹ ਐਸੀ ਸਮਾਜ ਦੇ ਬੱਚਿਆਂ ਦੇ ਪੜ੍ਹਾਈ 'ਤੇ ਖਰਚਾ ਕੀਤਾ ਜਾਵੇ, ਨਾ ਕਿ ਸਰਕਾਰ ਦੇ ਅਕਾਊਂਟ 'ਚ ਜਮ੍ਹਾਂ ਕੀਤਾ ਜਾਵੇ, ਕਿਉਂਕਿ ਸਰਕਾਰ ਵੀ ਉਹਨੇ ਜ਼ਿੰਮੇਵਾਰ ਆ। ਜੇ ਸਰਕਾਰ ਚਾਹੁੰਦੀ ਤਾਂ ਜੇ ਚੈੱਕ ਕੀਤਾ ਵੀ ਇਹ ਜਨਰਲ ਕਾਸਟ 'ਚ ਆਉਂਦੇ ਆ, ਇਹ ਐਸ ਸੀ ਸਰਟੀਫਿਕੇਟ ਲੈ ਕੇ ਕਿਵੇਂ ਨੌਕਰੀ ਇਹਨੇ ਹਾਸਿਲ ਕਰ ਲਈ, ਔਰ ਜਿਹੜੇ ਪਿੰਡ ਦੇ ਲੰਬੜਦਾਰ ਜਾਂ ਸਰਪੰਚ ਜਿਨ੍ਹਾਂ ਨੇ ਮੋਹਰਾਂ ਲਾ ਕੇ ਉਹ ਐਸ ਸੀ ਸਰਟੀਫਿਕੇਟ ਬਣਾਏ ਆ ਉਹ ਵੀ ਉਹਨੇ ਗੁਨਾਹਗਾਰ ਆ, ਉਹਨਾਂ ਨੂੰ ਵੀ ਉਹਨੀ ਹੀ ਸਜ਼ਾ ਮਿਲਣੀ ਚਾਹੀਦੀ ਜਿੰਨਾ ਉਹ ਆ। ਸਭ ਤੋਂ ਵੱਡੇ ਦਾ ਗੁਨਾਹਗਾਰ ਉਹ ਆ, ਕਿਉਂਕਿ ਸਟਾਰਟਿੰਗ ਉੱਥੋਂ ਹੋਈ ਹੈ ਨਾ। ਜੇਕਰ
पिंड दा सरपंच जां लंबड़दार कह दे भाई तेरा नहीं बनना ते हो नहीं सकदा कदे भी बन जावे सर्टिफिकेट, पर पिंड दे लंबड़दार पिंड दे सरपंच पैसों की खातर कुछ पैसों की खातर साढ़े बच्चों का भविख खराब कर रहे हैं। मैं सरकार तो मंग करदा पुरजोर मंग करदा कि उन्हां ते सख्त तो सख्त कार्रवाई की जाए, जिनी सज़ा दी जाए उन्नी घट है जी। सो बहुत बहुत थोड़ा धन्यवाद है जी बाबा जी, तुसी विचार सांझे कीते न्यूज़ 22 टीवी चैनल नाल। सो बहुत बहुत धन्यवाद जी न्यूज़ 22 टीवी चैनल का और साढ़े दिलबाग सलन जी का। सो इन्हां दे चैनल दा ही मैं सरकार तो फिर एक बार मंग करदा, ये तो एक कह लो कि एक आपां कह लिए कि एक शुरुआत आ, तो ये ना होवे कि सरकार जे ही बनाउण जाणदे आ ते लाउण भी जाणदे आ। जे मुख्यमंत्री बना सकदे आ ते मुख्यमंत्री सीट तो ला भी सकदे आ, ते इत्थे तक समां ना आवे कि तुहाडे घरां दा घराओ कीता जावे, MLA दे MPAं दे घरों दा घराओ कीता जावे, बहुत वारी पहलां भी कर चुके आ। इस करके बेनती करदे आ कि साडियां मंगां पूरियां कीतियां जाण और जिहड़े भी SC सर्टिफिकेट जाली बना के नौकरियां कीतियां जिन्हां ने उहनां नूं सज़ा सख्त तों सख्त सज़ा दित्ती जावे। सो सारियां संगतां दा धन्नवाद, चैनल दा धन्नवाद, साढ़े दिलबाग सैलन जी दा, न्यूज़ 22 टीवी दा। जय गुरदेव, धन गुरदेव जी। सो बहुत बहुत धन्यवाद जी, थैंक।